जे बरात 12 बजे तो बाद आई तो 11,000 रुपए जुर्माना, लावा समय लहंगा पाउण ते पाबंदी। वड्डे बोर्ड ते लगिया इस जरूरी बेनतियां काफी वायरल हो रही ने। कपूरथला जिले च पेंदे पिंड प्रधान दी ग्राम पंचायत गुरु घर दी प्रबंधक कमेटी वालों लाए गए फैसले सुर्खियां च ने। सिर्फ व्याह संबंधी नहीं, नशे खिलाफ भी इन्हां ने कुछ सख्त फैसले लाए ने। एक अहम फैसला जिहड़ा साडे सिख इतिहास दे विच है कि 12 बजे तो पहला जिहड़ियां ने ਉਹ ਆਨੰਦ ਕਾਰਜ ਹੋ ਜਾਣੇ ਚਾਹੀਦੇ ਹਨ। ਉਸ ਤੋਂ ਬਾਅਦ ਜਿਹੜਾ ਹੈ ਗੁਰੂ ਲੜਕੀ ਜਿਹੜੀ ਹੈ ਉਹ ਗੁਰੂ ਘਰ ਦੇ ਵਿੱਚ ਲਾਵਾਂ ਦੇ ਟਾਈਮ 'ਤੇ ਆਨੰਦ ਕਾਰਜ ਟਾਈਮ 'ਤੇ ਲਹਿੰਗਾ ਨਹੀਂ ਪਹਿਨ ਸਕਦੀ। ਉਸ ਤੋਂ ਬਾਅਦ ਆਪਣਾ ਜਿੱਦਾਂ ਮਰਜ਼ੀ ਉਹ ਜੋ ਮਰਜ਼ੀ ਪਹਿਨ ਸਕਦੀ ਹੈ, ਜੋ ਉਹਦੇ ਮਨ 'ਚ ਇੱਛਾ ਹੈਗੀ ਹੈ। ਔਰ ਉਸ ਤੋਂ ਬਾਅਦ ਇੱਕ ਟ੍ਰੈਂਡ ਚੱਲ ਪਿਆ ਸੀ ਇਲਾਕੇ ਦੇ ਵਿੱਚ ਕਿ NRI ਹੋਣ ਕਰਕੇ ਜਿਹੜੇ ਵਿਆਹ ਤੀਸਰਾ ਵਿਆਹ ਸ਼ੁਰੂ ਹੋ ਗਿਆ ਸੀ। ਆਪਾਂ ਲੜਕੀ ਦੇ ਫੇਰਾ ਪਾਉਣ ਜਾਂਦੇ ਸੀ, 50 ਜੀ ਇੱਧਰੋਂ ਚਲੇ ਜਾਂਦੇ, 50 ਜੀ ਉੱਧਰੋਂ 100 ਬੰਦਾ ਹੋ ਜਾਂਦਾ ਸੀਗਾ। ਉਹਦਾ ਵੀ ਬਹੁਤ ਜਿਹੜਾ ਵਾ ਆਪਾਂ ਬਿਲਕੁਲ ਪਾਬੰਦੀ ਲਗਾ ਦਿੱਤੀ ਗਈ, ਉਹ 'ਤੇ ਵੀ 11,000 ਰੁਪਇਆ ਜੁਰਮਾਨਾ ਦੋਨਾਂ ਧਿਰਾਂ ਨੂੰ ਹੀ। ਉਸ ਤੋਂ ਬਾਅਦ ਜਿਹੜਾ ਹੈ ਆਪਣੇ ਨਸ਼ਿਆਂ ਦੀ ਗੱਲ ਹੈ, ਵਧਾਈ ਦੀ ਗੱਲ ਹੈ। ਖੁਸਰਿਆਂ ਨੇ ਸਾਡੇ ਨਗਰ ਦੇ ਵਿੱਚ NRI ਹੋਣ ਕਰਕੇ ਇਲਾਕਾ ਇੰਨਾ ਕੁ ਤੰਗ ਕਰ ਦਿੱਤਾ ਕਿ 51,000 ਰੁਪਇਆ ਡਿਮਾਂਡ ਕਰਨੀ, ਨਾਲ ਸੋਨੇ ਦੀ ਡਿਮਾਂਡ ਕਰਨੀ, ਚੈਨੀ ਦੀ ਜਾਂ ਮੁੰਦੀ ਦੀ, ਲੋਕ ਡਰਦੇ ਇਸ ਤੋਂ ਦਈ ਗਏ ਨੇ। ਹੁਣ ਪੰਚਾਇਤ ਨੇ ਔਰ ਨਗਰ ਨੇ ਮਤਾ ਪਾ ਦਿੱਤਾ ਕਿ ਉਹਨਾਂ ਦੀ ਵਧਾਈ ਜਿਹੜੀ 5,500 ਰੁਪਏ ਹੋਏਗੀ ਅਤੇ ਜਿਹੜੇ ਆਮ ਹੋਣਗੇ ਉਹਨਾਂ ਦੀ ਵਧਾਈ 11,000 ਰੁਪਏ ਹੋਏਗੀ। ਔਰ ਇੱਕ ਅਹਿਮ ਫੈਸਲਾ ਹੈ ਜੋ ਪੰਜਾਬ ਦੇ ਵਿੱਚ ਇਸ ਟਾਈਮ ਕੋਡ ਬਣਿਆ ਹੈ, ਮਾਵਾਂ ਦੇ ਪੁੱਤ ਜਿਹੜੇ ਬਰਬਾਦ ਹੁੰਦੇ ਜਾ ਰਹੇ ਹਨ, ਘਰਾਂ ਦੇ ਘਰ ਬਰਬਾਦ ਹੁੰਦੇ ਜਾ ਰਹੇ ਹਨ, ਨਸ਼ਾ ਜਿਹੜਾ ਹੈ, ਨਸ਼ੇ 'ਤੇ ਆਪਾਂ ਜਿਹੜਾ ਹੈ ਉਹ ਪਾਬੰਦੀ ਲਗਾ ਦਿੱਤੀ ਹੈ। ਅਗਰ ਨਗਰ ਦੇ ਵਿੱਚ ਕੋਈ ਦੁਕਾਨ 'ਤੇ ਜਰਦਾ ਖੈਣੀ ਜਾਂ ਤੰਬਾਕੂ ਜਾਂ ਸਿਗਰਟ ਕੋਈ ਵੇਚਦਾ ਹੈ ਤਾਂ ਉਸ ਨੂੰ ਪਹਿਲਾਂ ਨੋਟਿਸ ਕੱਢਿਆ ਜਾਏਗਾ, ਜੇ ਉਹ ਨਹੀਂ ਹਟਦਾ ਤਾਂ ਉਸ ਨੂੰ 5,000 ਰੁਪਇਆ ਜੁਰਮਾਨਾ ਹੈ। ਅਗਰ ਉਹ ਫਿਰ ਵੀ ਨਹੀਂ ਹਟਦਾ ਹੈਗਾ ਤਾਂ ਜੇ ਕੋਈ ਗੁਪਤ ਸੂਚਨਾ ਸਾਨੂੰ ਉਸ ਦੀ ਦਿੰਦਾ ਹੈ ਤਾਂ ਉਹਨੂੰ ਪੰਚਾਇਤ ਵੱਲੋਂ ਸਨਮਾਨਿਤ ਕੀਤਾ ਜਾਏਗਾ, ਉਸ ਦਾ ਨਾਮ ਗੁਪਤ ਰੱਖਿਆ ਜਾਏਗਾ। ਇਸ ਤਰ੍ਹਾਂ ਦੀਆਂ ਸ਼ਰਤਾਂ ਉੱਪਰ ਰੱਖਿਆ ਗਿਆ। ਵਿਆਹਾਂ 'ਚ ਅਕਸਰ ਲੋਕ ਕਈ ਵਾਰ ਮਜਬੂਰੀ ਜਾਂ ਦਿਖਾਵੇ ਦੇ ਚੱਲਦਿਆਂ ਫਜ਼ੂਲ ਖਰਚੀ ਕਰਦੇ ਨੇ, ਪਰ ਪੰਚਾਇਤ ਦਾ ਅਨੋਖਾ ਮਤਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦਾ ਮਕਸਦ ਗੁਰੂ ਘਰ ਦੀ ਮਰਿਆਦਾ ਨੂੰ ਬਹਾਲ ਰੱਖਣਾ ਤੇ ਫਜ਼ੂਲ ਖਰਚੀ ਨੂੰ ਕੰਟਰੋਲ ਕਰਨਾ ਹੈ, ਜਿਸ ਤੇ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲ ਰਹੀਆਂ ਨੇ। ਤੁਸੀਂ ਇਸ ਫੈਸਲੇ ਤੇ ਕੀ ਕੁਝ ਕਹਿਣਾ ਚਾਹੋਗੇ ਕਮੈਂਟ ਕਰਕੇ ਜ਼ਰੂਰ ਦੱਸੋ। ਕਪੂਰਥਲਾ ਤੋਂ ਪੰਜਾਬ ਤੱਕ ਦੇ ਲਈ ਇਹ ਖਬਰ ਭੇਜੀ ਹੈ ਸੁਕੇਤ ਗੁਪਤਾ ਨੇ।